भाजपा सरकार मुर्दाबाद मुर्दाबाद मुर्दाबाद, आम आदमी पार्टी मुर्दाबाद मुर्दाबाद मुर्दाबाद, अरविंद केजरीवाल मुर्दाबाद मुर्दाबाद मुर्दाबाद, किशोरी दे कातलां नूं फांसी दो फांसी दो फांसी दो, किशोरी दे कातलां नूं फांसी दो फांसी दो फांसी दो, केजरीवाल मुर्दाबाद मुर्दाबाद मुर्दाबाद, बच्चियां दे रेप बंद करो बंद करो बंद करो। सत श्री अकाल दोस्तों, तुसीं देख रहे अजीत वैब टीवी, तो मैं हरजाप सिंह। असीं अज खड़े हाँ अंबेदकर चौंक बस स्टैंड में, जिथे कि दिल्ली में पिछले दिन नाबालिग लड़की ने बलात्कार हो लैके हर जथेबंद इतने पहुंची। हाँ जी सर, जरा जरा लगातार धियां भैन कुड़ियां तशद्दुद हो रही, कितना देर? देखो अज तक किसी भी जेडे स्वर्ण जातियां ने उन्होंने अज तक किसी भी लड़की के नाल कोई इस तरह का रेप होया देश च, ਇਹ ਜਿਹੜੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੀਆਂ ਦੇਸ਼ ਦੇ ਵਿੱਚ ਮਨੁਵਾਦੀ ਤਾਕਤਾਂ ਇਸ ਵੇਲੇ ਸਰਕਾਰਾਂ ਦੇ ਵਿੱਚ ਨੇ, ਇਹ ਉਹਨਾਂ ਦੀ ਸ਼ਹਿ ਆ ਕਿ ਇਹਨਾਂ ਐਸ ਸੀ ਐਸ ਟੀ ਓ ਬੀ ਸੀ ਅਤੇ ਮਨੋਰਟੀਜ਼ ਦੇ ਕੁੜੀਆਂ ਨੂੰ ਟਾਰਗੇਟ ਕੀਤਾ ਜਾਵੇ, ਔਰ ਇਹ ਇੱਕ ਪ੍ਰੀ ਪਲੈਨਿੰਗ ਦੇ ਨਾਲ ਹੋ ਰਿਹਾ। ਔਰ ਤੁਸੀਂ ਦੇਖੋ ਹਾਲੇ ਯੂਪੀ ਦੀ ਘਟਨਾ ਲੋਕਾਂ ਨੂੰ ਭੁੱਲੀ ਨਹੀਂ, ਕਿੱਡਾ ਵੱਡਾ ਉੱਥੇ ਕਾਂਡ ਹੋਇਆ ਹਾਥਰਸ ਦੇ ਵਿੱਚ ਕਿ ਇੱਕ ਬਾਲਮੀਕ ਭਾਈਚਾਰੇ ਦੀ ਲੜਕੀ ਨੂੰ ਉਹਨਾਂ ਰੇਪ ਕਰਨ ਤੋਂ ਬਾਅਦ ਜਿਸ ਢੰਗ ਦੇ ਨਾਲ ਉਹਨੂੰ ਮਾਰਿਆ ਗਿਆ ਉਹਦੇ ਵਿੱਚ ਹਾਲੇ ਪੂਰਾ ਇਨਸਾਫ ਨਹੀਂ ਹੋਇਆ। ਔਰ ਦਿੱਲੀ ਸਾਡੀ ਦੇਸ਼ ਦੀ ਰਾਜਧਾਨੀ ਆ, ਜੇ ਸਾਡੇ ਐਸ ਸੀ ਐਸ ਟੀ ਓ ਬੀ ਸੀ ਘੱਟ ਗਿਣਤੀਆਂ ਦੇ ਲੋਕ ਰਾਜਧਾਨੀ ਵਿੱਚ ਹੀ ਸੁਰੱਖਿਅਤ ਨਹੀਂ, ਤਾਂ ਫਿਰ ਅਸੀਂ ਕਿੱਥੇ ਸੁਰੱਖਿਅਤ ਹੋਵਾਂਗੇ? ਔਰ 9 ਸਾਲ ਦੀ ਇਹ ਬੱਚੀ ਜਿਹਦਾ ਨਾਂ ਕਿਸ਼ੋਰੀ ਆ, ਔਰ ਉਸ ਕਿਸ਼ੋਰੀ ਦੇ ਨਾਲ ਜਿਸ ਢੰਗ ਦੇ ਨਾਲ ਰੇਪ ਕਰਨ ਤੋਂ ਬਾਅਦ ਉਹ ਮਾਰ ਦਿੱਤਾ ਗਿਆ, ਔਰ ਹਾਲੇ ਤੱਕ ਵੀ ਸਰਕਾਰਾਂ ਸੰਵੇਦਨਸ਼ੀਲ ਨਾ ਹੋਣ, ਮੈਂ ਇਸ ਘਟਨਾ ਦੇ ਲਈ ਕੇਂਦਰ ਦੀ ਬੀ ਜੇ ਪੀ ਸਰਕਾਰ ਦੀ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ। ਔਰ ਅੱਜ ਅਸੀਂ ਇੱਥੇ ਹੁਸ਼ਿਆਰਪੁਰ ਦੇ ਵਿੱਚ ਜਿੰਨੇ ਵੀ ਐਸ ਸੀ ਐਸ ਟੀ ਓ ਬੀ ਸੀ ਔਰ ਘੱਟ ਗਿਣਤੀਆਂ ਦੇ ਜਿੰਨੇ ਵੀ ਸਾਡੇ ਨੌਜਵਾਨ ਇਕੱਠੇ ਹੋਏ ਨੇ, ਇਹਨਾਂ ਦੇ ਵਿੱਚ ਭਾਰੀ ਰੋਸ ਆ ਕੇਜਰੀਵਾਲ ਸਰਕਾਰ ਦੇ ਵਿਰੁੱਧ ਕਿ ਤੁਸੀਂ ਪੈਸਿਆਂ ਦਾ ਐਲਾਨ ਕਰਨ ਚੱਲ ਗਏ। ਕੀ ਕਿਸੇ ਦੀ ਇੱਜ਼ਤ ਪੈਸਿਆਂ ਨਾਲ ਉਹਦੀ ਕੰਪੇਅਰ ਕੀਤੀ ਜਾਏਗੀ? ਇੱਜ਼ਤ ਜਿਹੜੀ ਆ ਉਹ ਕਿਸੇ ਦੀ ਵੀ ਪੈਸਿਆਂ ਨਾਲ ਨਹੀਂ ਤੋਲੀ ਜਾ ਸਕਦੀ, ਇੱਜ਼ਤ ਇਨਸਾਫ ਦੇ ਨਾਲ ਤੋਲੀ ਜਾਂਦੀ ਆ। ਸੋ ਇਹ ਸਾਨੂੰ ਇਨਸਾਫ ਚਾਹੀਦਾ। ਅੱਜ ਅਸੀਂ ਇੱਥੇ ਕੈਂਡਲ ਮਾਰਚ ਕੀਤਾ ਆ, ਟੋਕਨ ਇਹ ਪ੍ਰੋਟੈਸਟ ਆ। ਅਸੀਂ ਕੇਜਰੀਵਾਲ ਸਰਕਾਰ ਨੂੰ ਤਾਂ ਕੇਂਦਰ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਤੁਰੰਤ ਇਹਦੇ ਵਿੱਚ ਜਿੰਨੇ ਵੀ ਦੋਸ਼ੀ ਆ ਅਰੈਸਟ ਕਰਕੇ ਤੁਸੀਂ ਉਹਨਾਂ ਨੂੰ ਫਾਂਸੀ ਦੇ ਤੱਕ ਨਾ ਲੈ ਕੇ ਗਏ, ਤਾਂ ਇਹ ਵਿਆਪਕ ਰੋਸ ਪੂਰੇ ਦੇਸ਼ ਵਿੱਚ ਫੈਲੇਗਾ, ਔਰ ਹਾਥਰਸ ਵਾਲੇ ਰੋਸ ਤੋਂ ਵੀ ਵੱਧ ਕੇਜਰੀਵਾਲ ਸਰਕਾਰ ਦੇ ਖਿਲਾਫ ਇਹ ਪ੍ਰੋਟੈਸਟ ਕੀਤੇ ਜਾਣ। ਲੱਗਦਾ ਨਹੀਂ ਜਦੋਂ ਦੀ ਕੇਂਦਰ 'ਚ ਬੀ ਜੇ ਪੀ ਸਰਕਾਰ ਆਈ ਉਦੋਂ ਤਾਂ ਕੁੜੀਆਂ ਅਤੇ ਬੱਚਿਆਂ 'ਤੇ ਅੱਤਿਆਚਾਰ ਜ਼ਿਆਦਾ ਵੱਧ ਗਿਆ, ਰੇਪ ਦੇ ਕੇਸ ਜ਼ਿਆਦਾ ਵੱਧ ਗਏ ਨੇ। ਬੀਤੇ ਦਿਨ ਹੁਸ਼ਿਆਰਪੁਰ ਵਿੱਚ ਵੀ ਇੱਕ ਕੇਸ ਹੋਇਆ ਸੀਗਾ, ਚਾਹੇ ਯੂਪੀ 'ਚ ਹੋਇਆ ਚਾਹੇ ਅੱਜ ਦਿੱਲੀ 'ਚ ਹੋਇਆ। ਦੇਖੋ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਪਹਿਲਾਂ ਵੀ ਸਰਕਾਰਾਂ ਹੁੰਦੀਆਂ ਸੀ ਉਦੋਂ ਵੀ ਇਹ ਘਟਨਾਵਾਂ ਹੁੰਦੀਆਂ ਸੀ, ਪਰ ਇੱਕਾ ਦੁੱਕਾ। ਪਰ ਜਦੋਂ ਦੀ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਆਈ ਆ ਉਦੋਂ ਦੇ ਜਿਹੜੇ ਮਨੁਵਾਦੀ ਸੋਚ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹ ਐਸ ਸੀ ਐਸ ਟੀ ਓ ਬੀ ਸੀ ਘੱਟ ਗਿਣਤੀਆਂ ਨੂੰ ਕੀੜੇ ਮਕੌੜੇ ਸਮਝਦੇ ਆ, ਖਾਸ ਕਰਕੇ ਉਹਨਾਂ ਦੀਆਂ ਲੜਕੀਆਂ ਨੂੰ, ਅਤੇ ਉਹਨਾਂ ਨੂੰ ਸੌਫਟ ਟਾਰਗੇਟ ਕਰਕੇ ਉਹਨਾਂ ਨੂੰ ਜਿਹੜਾ ਰੇਪ ਕਰਦੇ ਨੇ, ਫਿਰ ਉਹਨਾਂ ਦਾ ਮਰਡਰ ਕਰ ਦਿੰਦੇ ਨੇ। ਔਰ ਇਹ ਭਾਜਪਾ ਜਿਹੜੀ ਆ ਇਹਦੇ ਲਈ ਬਹੁਤ ਜ਼ਿੰਮੇਵਾਰ ਆ, ਔਰ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਭਾਜਪਾ ਅਡਾਨੀ ਅੰਬਾਨੀਆਂ ਦੇ ਅਮੀਰ ਬਣਾਉਣ ਵਿੱਚ ਤਾਂ ਬਹੁਤ ਧਿਆਨ ਦੇ ਰਹੀ ਆ ਕਿ ਉਹਨਾਂ ਨੂੰ ਏਅਰਪੋਰਟ ਵੇਚ ਦਿਓ, ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਪਾਸ ਕਰਕੇ ਉਹਨਾਂ ਦੀਆਂ ਜ਼ਮੀਨਾਂ ਵੇਚਣ ਦਾ ਪ੍ਰਬੰਧ ਕਰ ਦਿਓ, ਪਰ ਜਿਹੜੇ ਸਮਾਜਿਕ ਤੌਰ 'ਤੇ ਲੋਕ ਇਸ ਦੇਸ਼ 'ਚ ਰਹਿੰਦੇ ਆ, ਖਾਸ ਕਰਕੇ ਗਰੀਬਾਂ ਦੀਆਂ ਲੜਕੀਆਂ, ਉਹਨਾਂ ਦੀ ਸੁਰੱਖਿਆ ਕੌਣ ਕਰੇਗਾ? ਮੋਦੀ ਸਾਹਿਬ ਉੱਦਾਂ ਕਹਿੰਦੇ ਆ ਸੀ ਜੀ ਬੇਟੀ ਬਚਾਓ ਬੇਟੀ ਪੜ੍ਹਾਓ। ਮੈਂ ਮੇਰਾ ਵੀ ਇਹ ਮੁੱਦਾ ਸੀ ਕਿ ਮੋਦੀ ਸਾਹਿਬ ਹਰ ਬੰਦਾ ਕਹਿ ਰਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਪਰ ਬੇਟੀ ਨੂੰ ਪੜ੍ਹਾਈਏ ਕਿੱਦਾਂ ਜੇ ਬੇਟੀ ਸਾਡੀ ਸੁਰੱਖਿਅਤ ਨਹੀਂ ਹੈਗੀ? ਸਕੂਲ ਜਾਣ ਲੱਗੇ ਸਾਨੂੰ ਡਰ ਲੱਗ ਜਾਂਦਾ ਕਿ ਕੁੜੀ ਗਈ ਘਰ, ਕਿੱਦਾਂ ਆਏਗੀ, ਠੀਕ ਆਏਗੀ ਕਿ ਨਹੀਂ, ਕਿੱਦਾਂ ਦੇ ਦਿਓ? ਜਿਸ ਦੇਸ਼ ਵਿੱਚ ਕੰਜਕਾਂ ਪੂਜਣ ਜਿਵੇਂ ਤੁਸੀਂ ਜਾਣਦੇ ਹੋ, ਥੋੜ੍ਹੇ ਦਿਨਾਂ ਵਿੱਚ ਨਰਾਤੇ ਸ਼ੁਰੂ ਹੋਣ ਵਾਲੇ ਆ, ਔਰ ਅਸੀਂ ਜਿੰਨੇ ਵੀ ਇਸ ਦੇਸ਼ ਦੇ ਵਾਸੀ ਆ ਹਰੇਕ ਘਰ ਆਪਣੇ ਘਰ ਨਰਾਤੇ ਵੀ ਰੱਖਦੇ ਆ ਔਰ ਕੰਜਕਾਂ ਪੂਜਦੇ ਆ, ਉਸੇ ਦੇਸ਼ ਦੇ ਵਿੱਚ ਜਿੱਥੇ ਭਾਜਪਾ ਜਿਹੜੀ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਰਾ ਲਾਉਂਦੀ ਆ, ਉਹਦੀ ਸਰਕਾਰ ਦੇ ਹੁੰਦੇ ਹੋਏ ਉੱਥੇ, ਕਿਉਂਕਿ ਸੈਂਟਰ ਦਾ ਵੀ ਜਿਹੜੀ ਪ੍ਰਸ਼ਾਸਨ ਆ ਜਿਹੜਾ ਸੈਂਟਰ ਦੇ ਅੰਡਰ ਹੈਗਾ ਵਾ, ਉੱਥੇ ਅੱਜ ਇੱਕ 9 ਸਾਲ ਦੀ ਲੜਕੀ ਜਿਹੜੀ ਕਿਸ਼ੋਰੀ ਵਾਲਮੀਕਨ ਸਮਾਜ ਨਾਲ ਬਿਲੋਂਗ ਕਰਦੀ ਸੀਗੀ, ਇੱਕ ਸ਼ਮਸ਼ਾਨ ਘਾਟ ਤੋਂ ਪਾਣੀ ਭਰਨ ਗਈ, ਉਹਦੇ ਨਾਲ ਉੱਥੇ ਦੇ ਹੀ 4 ਪੁਜਾਰੀ
ਜਿਹੜੇ ਪੁਜਾਰੀ ਮੰਦਿਰਾਂ ਦੇ ਵਿੱਚ ਕੰਜਕਾਂ ਪੂਜਣ ਦਾ ਕਹਿ ਰਹੇ ਉਹੀ ਪੁਜਾਰੀ ਜਿਹੜੇ ਆ ਉਸ ਲੜਕੀ ਨਾਲ ਰੇਪ ਕਰਕੇ ਉਹਨੂੰ ਜਿੰਦਾ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਜਲਾ ਦਿੱਤਾ ਗਿਆ। ਹਜੇ ਤੁਸੀਂ ਦੇਖਿਆ ਵੀ ਜਿਹੜਾ ਯੂਪੀ ਦੇ ਵਿੱਚ ਹਾਥਰਸ 'ਚ ਕੁਛ ਟਾਈਮ ਪਹਿਲਾਂ ਕਾਂਡ ਹੋਇਆ ਸੀ, ਅੱਜ ਦਿੱਲੀ ਦੇ ਵਿੱਚ ਇਹ ਕਾਂਡ ਹੋ ਲੱਗੇ, ਇਹਦੇ ਨਾਲ ਜਿਹੜੀਆਂ ਸਰਕਾਰਾਂ ਇੱਕ ਵੀ ਬਿਆਨ, ਚਾਹੇ ਉਹ ਅਰਵਿੰਦ ਕੇਜਰੀਵਾਲ ਆ ਚਾਹੇ ਉਹ ਮੋਦੀ ਆ, ਕੋਈ ਵੀ ਉਹਨਾਂ ਨੇ ਇੱਕ ਵੀ ਨਾਰਾ ਜਿਹੜਾ ਉਹਦੇ ਹੱਕ ਦੇ ਵਿੱਚ ਨਹੀਂ ਲਾਇਆ। ਉਹਦਾ ਜਵਾਬ ਜਿਹੜਾ ਸੀ ਉਹ ਕੋਹਨੂੰ ਜਿਹੜਾ ਸੀਐਮ ਆ ਅਰਵਿੰਦ ਕੇਜਰੀਵਾਲ ਉਹਨੂੰ ਲੋਕਾਂ ਨੇ ਉੱਥੇ ਦੇਣ ਉਹਨੂੰ ਸਟੇਜ ਤੋਂ ਥੱਲੇ ਲਾ ਕੇ ਦੇ ਦਿੱਤਾ ਸੀ। ਲੱਗਦਾ ਨਹੀਂ ਇਹਨਾਂ ਦੀ ਸਰਕਾਰਾਂ ਵੀ ਜ਼ਿੰਮੇਵਾਰ ਆ, ਅਤੇ ਅੱਗੇ ਆਉਣ ਵਾਲੇ ਟਾਈਮ 'ਚ ਇਸ ਜੇ ਬੇਟੀ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਕੀ ਹੋਏਗਾ ਆਪਣਾ। 101% 'ਚ ਸਰਕਾਰਾਂ ਹੀ ਜ਼ਿੰਮੇਵਾਰ ਹਨ, ਕਿਉਂਕਿ ਜਿਹੜੀਆਂ ਸਰਕਾਰਾਂ ਜਿਹੜੀ ਭਾਜਪਾ ਸਰਕਾਰ ਆ ਉਹਨੇ ਕਲੀਅਰ ਕਰਤਾ ਵੀ ਜਿਹੜਾ ਪੁਜਾਰੀ ਜਾਂ ਮੰਨ ਲਓ ਕੋਈ ਇੱਦਾਂ ਦਾ ਜਿਹੜਾ ਸਨਾਤਨੀ ਧਰਮ ਜਿਹੜਾ ਬਿਲੋਂਗ ਕਰਦਾ ਵਾ ਉਹ ਕੁਛ ਵੀ ਕਰ ਦੇਵੇ ਉਹਨੂੰ ਅੱਜ ਤੱਕ ਤੁਸੀਂ ਦੇਖ ਲਓ ਕਿਤੇ ਵੀ ਕੋਈ ਸਜ਼ਾ ਨਹੀਂ ਸੁਣਾਈ ਗਈ। ਇਸ ਕਰਕੇ ਉਹਨਾਂ ਦੇ ਹੌਂਸਲੇ ਜਿਹੜੇ ਜ਼ਿਆਦਾ ਬੁਲੰਦ ਹੋ ਰਹੇ। ਥੈਂਕ ਯੂ। ਇਹ ਸਨ SC BC OBC ਸਾਰੇ ਬੰਦੇ ਵਰਗ ਇਕੱਠੇ ਹੋਏ ਨੇ ਕਿ ਜਿਹੜਾ ਦਿੱਲੀ ਵਿੱਚ ਬੱਚੀ ਨਾਲ ਗਲਤ ਕੰਮ ਹੋਇਆ ਉਸਨੂੰ ਉਹਦੇ ਲਈ ਕੈਂਡਲ ਮਾਰਚ ਕੱਢਿਆ ਗਿਆ, ਉਹਨੂੰ ਸ਼ਰਧਾਂਜਲੀ ਦਿੱਤੀ ਗਈ ਆ। ਅਜੀਤ ਵੈਬ ਟੀਵੀ ਲਈ ਹੁਸ਼ਿਆਰਪੁਰ ਤੋਂ ਹਰਜਾਪ ਸਿੰਘ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।